नमो श्री गुरु गोविंद सिंह विशाला श्यामा गोविंद सिंह आए वाहेगुरु देके श्री वाहेगुरु साहिबा जी गोहरा नीके कर ਤਰ ਮਹਿ ਜਾਇ ਕੈ ਤਿਨੋ ਬਚਿ ਪ੍ਰਭਾਨ ਦੇਖੋ ਸੁਭ ਸਥਾਨ ਏ ਭਲੋ ਹੋਏ ਗੁਜਰਾਨ ਵਾਹਿਗੁਰੂ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਰਮਨੀ ਸੈਨ ਧੰਨ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਪੁਰਖ ਅਜੂਨੀ ਸੈ ਗੁਰ ਪ੍ਰਸਾਦ ਇੱਕੋਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਪੁਰਖ ਅਜੂਨੀ ਸੈ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਪੁਰਖ ਅਜੂਨੀ ਸੈ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਪੁਰਖ ਅਜੂਨੀ ਸੈ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਪੁਰਖ ਅਜੂਨੀ ਸੈ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਗੁਰ ਪ੍ਰਸਾਦ ਜਗ ਸਤ 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 ਵਾਹਿਗੁਰੂ 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 ਵਾਹਿਗੁਰੂ
सुंदर कथा गुरु नानक साहिब जी जीवन यात्रा आप जी ने श्रवण की है किस तरह महाराज प्रखंड दूर करके किसी सीधे रस्ते पाए मारिया सिखा जगत नानक निर्मल पंथ की नींह रखी गुरु नानक साहिब से रस्ते कि मेरे बच्चे मेरी कौम मेरे पुत धीआ सोहने रस्ते से चलन सीधा उस प्रवेश मिला हूँ निर्मल से आप सारे गुरबाणे ने बनाया पर पता है असि भुलते भुलते ना भुल गए साड़ी निर्मलताई खत्म हो गई साड़े की गंदगी आ गया उस गंदगी फिर दोबारा दूर करने वास्ते गुरु गोबिंद सिंह महाराज ने ठंडे पाठ काम किया हम इख्तियार करके सानू दोहरे फिर चिंतन कराया कि 1430 अंगा का चोर कट के सू कड़ा पवाया कड़े नू पा के क्या कि तू चोरी नहीं कर दी दो नंबर का पैसा नहीं करना किसी का गल नहीं अज कड़े सारे पाए अगर काम सारे हुए ये कड़े का भी अर्थ लोहा चक्की दिखते हैं जाओ कि चल जाओ सरकारे दरबारे जिन्हें अवसर दो चौन छड़ के सारे ने मूह अड्डे कड़ा की कहता सो इस तरह महाराज साहब जी ने सानू श्री साहब कृपाण दाल दी भी तू तरस करना कि किसी ने धक्का होया तो तू उ खड़ोई खड़ोई खोली करी जाने घोड़े तीसरा कचहरा बख्शिया भी पराए साईं जी आस नहीं रखी इसे तरह केस गुरु की मोहर है कंघे का विचार दसिया भी जिम्मे टुटे हुए केसा कंघा बहर कड़ दिता बच्चा संभाल लिंदा है इसे तरह को टुटे फुटे विचार अपने अंदर बोलो नहीं रखने सोहने सोहने विचार रखने सोहने विचार अज अंदर घट है तो माड़े जा रहे हैं ये चीजा बहुत डूंगिया सन जिन्होंने सानू निर्मल करना सी जियो निर्मल बारों का निर्मल जे कि सारे सिख जिन्हें भी जीव ने मारे की बाणी को समझण ते मैं कहना पंजाब च गरीबी आ ही नहीं सकती ये तो सोने का बन जे साडा देश गरीब नहीं गरीब किया गया ਸਾਡੇ ਘਰ ਦੀਆਂ ਬਰਕਤਾਂ ਬਹੁਤ ਸੀ ਉਹ ਖਰਾਬ ਕੀਤੀਆਂ ਗਈਆਂ ਤਾਂ ਜੋ ਸਾਨੂੰ ਆਪਣੇ ਗੁਰੂ ਤੋਂ ਤੋੜਿਆ ਗਿਆ ਤਾਂ ਮਹਾਰਾਜ ਸਾਹਿਬ ਨੇ ਸਾਰੀਆਂ ਕਥਾ ਭਾਈ ਤਾਂ ਹੀ ਆਪਾਂ ਨੂੰ ਦਿੱਤੀਆਂ ਕਿ ਮੇਰੇ ਬੱਚੇ ਕਥਾ ਸੁਣਨ ਕਿਤੇ ਆਪਣੇ ਬੱਚਿਆਂ ਨੂੰ ਸੁਣਾਉਣ ਤੇ ਤਰੱਕੀ ਕਰਨ ਇਹ ਨਿਰਮਲ ਪੰਥ ਮਹਾਰਾਜ ਜਿੱਥੇ ਵੀ ਗਏ ਆਪ ਜੀ ਨੇ ਕਥਾ ਸੁਣੀ ਸ਼ੌਹ ਸੁਹਾਗ ਪਖੰਡੀ ਸੀ ਮਹਿਮਾ ਧਰਮਾਂ ਚ ਪਾਉਂਦਾ ਸੀ ਧੀਆਂ ਭੈਣਾਂ ਮੈਂ ਛੇੜਖਾਨੀ ਕਰਦਾ ਸੀ ਸੰਗਤਾਂ ਨੂੰ ਲੁੱਟਦਾ ਸੀ ਮਹਾਰਾਜ ਨੇ ਪਖੰਡ ਦੂਰ ਕੀਤਾ ਸਾਰਾ ਗੁਰੂ ਜੁੜ ਗਿਆ ਬਾਅਦ ਵਿੱਚ ਪਛਤਾਵਾ ਹੋਇਆ ਪਛਤਾਵੇ ਨਾਲ ਵਿਰਾਗ ਆਇਆ ਵਿਰਾਗ ਦੇ ਨਾਲ ਬੰਦਗੀ ਹੋਈ ਇਹ ਬੰਦਗੀ ਦੇ ਨਾਲ ਪ੍ਰੇਮ ਜਾਗ ਪਿਆ ਤੇ ਗੁਰੂ ਨਾਨਕ ਸਾਹਿਬ ਫਿਰ ਆ ਗਏ ਫਿਰ ਉਸ ਜੁੜੇ ਹੋਏ
ਖਾ ਗਏ। ਕੀਤਾ ਆਪ ਉਸ ਲੰਗੜੇ ਲੂੜੇ ਨੂੰ ਰਾਜੀ ਤੇ ਨਾਮ ਕੀੜਾ ਲਾਤਾ ਸਭ ਸੁਹਾ ਕਹਿੰਦਾ। ਮਾਰੇ ਦੀ ਬਾਣੀ ਕਹਿੰਦੀ ਪੇਖਾਰੀ ਤੇ ਰਾਜਾ ਤੇ ਬਾਲ ਬਦਾਈ ਵਚਨ ਚਲਾਇਆ ਪੁਰਖ ਲੇਖ ਕਰੇ ਜੁਠਾਇਆ। ਉਹ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲ ਬਦਾਈ ਨੇ ਆਖਿਆ, ਕਹਿਣ ਲੱਗਾ ਜੋ ਅਗਿਣਤ ਲੋਕਾਂ ਨੂੰ ਦਾਨ ਕਰਦੇ ਹਨ ਪੁਰਖ ਲੇਖ ਕਰੇ ਜੇ ਦਾਵਾ। ਜਿਸ ਵੇਲੇ ਸੁਭਾਵਕ ਸਮਾਜ ਵੱਲੋਂ ਕੋਈ ਸੁੱਖ ਪ੍ਰਾਪਤ ਹੋਵੇ, ਜੀਵੇ ਜਦ ਸਮਾਜ ਸੁਖਦਾਏ ਨਹੀਂ ਨਿਰਾਦਰ ਤਿੰਨ ਬਨ ਆਏ। ਕਹਿ ਲੱਗੇ ਜੀਰਾ ਕੋਈ ਸਤਕਾਰ ਕਰਦਾ ਸਾਸ ਮੰਗਦਾ ਕਿਸੇ ਦੀ ਕੋਈ ਹੈਲਪ ਕਰਦਾ ਹੈ ਉਹਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਸਰਵਰੰਜਨ ਕੀਰਤਾ ਚ ਭਲੀ ਬਾਤ ਕਰਨਾ ਭਲੀ ਬਾਤ ਇਹਨੇ ਬਹੁਤ ਚੰਗੀ ਗੱਲ ਹੈ ਕਿਸੇ ਗਰੀਬ ਦਾ ਸਾਥ ਕਿਸੇ ਡਿੱਗੇ ਨੂੰ ਕਿਸੇ ਰੋਂਦੇ ਨੂੰ ਹਸਾਉਣਾ ਬੜੀ ਵਧੀਆ ਗੱਲ ਹੈ। ਫਰਕ ਨਹੀਂ ਪੈਂਦਾ ਸੰਗਤ ਜੀ ਅੱਜ ਆਪਾਂ ਭੁੱਲ ਗਏ ਥੋੜਾ ਜਿਹਾ ਆਪਣੇ ਵਿਸ਼ੇ ਨੂੰ। ਮੈਂ ਸੁਭਾਵਕ ਹੀ ਸੋਚਦਾ ਵੀ ਆ ਸਵੇਰੇ ਇੱਕ ਸਿੰਘ ਆਇਆ ਮੈਂ ਕੀਰਤਨ ਕੀਤਾ ਬੜਾ ਨਾਂ ਬਹੁਤ ਹੀ ਰਸ ਨਾਲ ਛੋਟੀ ਉਮਰ ਸੀ ਤੇ ਕੀਰਤਨ ਸੁਣਿਆ ਦਾਸ ਨੇ ਤੇ ਮਨ ਗਦਗਦ ਹੋਇਆ ਤੇ ਜਦੋਂ ਉੱਠ ਕੇ ਕਹਿੰਦਾ ਵੀਰ ਜੀ ਮੈਨੂੰ ਕਿਤੇ ਲਵਾ ਲਿਆ ਇੱਥੇ ਆ ਕੇ ਦਿਲ ਦੁਖਦਾ ਬੱਲੇ ਇੰਨਾ ਸੋਹਣਾ ਕੀਰਤਨ ਕਰਨ ਵਾਲਾ ਬੱਚਾ ਅੱਜ ਥਾਂ ਥਾਂ ਤੇ ਤੁਰਿਆ ਫਿਰਿਆ ਉਹਨੂੰ ਕੋਈ ਰੱਖਣ ਲਈ ਤਿਆਰ ਤੇ ਕਾਰਨ ਪਤਾ ਕੀ ਮੈਂ ਤੁਹਾਨੂੰ ਅੱਗੇ ਵੀ ਦੱਸ ਦਿੰਦਾ। ਤੁਸੀਂ ਸਾਰੇ ਮੇਰੇ ਆਪਣੇ ਬੈਠੇ ਆਪਣੇ ਬੱਚੇ ਕਨੇਡਾ ਇੰਗਲੈਂਡ ਅਮੈਰੀਕਾ 7-7 ਸਾਲ ਹੋ ਗਏ ਆਖਿਆ ਤੁਸੀਂ ਉਹਨਾਂ ਦਾ ਵਿਆਹ ਕਿਉਂ ਨਹੀਂ ਕਰਨਾ ਜੋ ਜਵਾਬ ਤੇ ਤੁਹਾਡਾ ਜਵਾਬ ਹੋਊਗਾ ਬਾਬਾ ਜੀ ਬੱਚੇ ਪੈਰਾਂ ਸਿਰ ਹੋ ਜਾਣਾ ਫਿਰ ਆਪਾਂ ਉਹਨਾਂ ਦੀ ਸ਼ਾਦੀ ਕਰਨੀ। ਇਧਰਲੇ ਬੰਨੇ ਵੇਖੋ ਸ਼ਰਤ ਕੀ ਰੱਖੀ ਉਹ ਕਹਿੰਦਾ ਮੈਂ ਜਿੱਥੇ ਜਾਣਾ ਡਿਊਟੀ ਨੂੰ ਕਹਿੰਦੇ ਬਾਬਾ ਵਿਆਹ ਹੋਇਆ। ਹੁਣ ਤੁਸੀਂ ਜਵਾਬ ਦਿਓ ਆਪਣੇ ਸਰੋਤੇ ਜੇ ਕਿ ਵੇਖੋ ਹੈਰਾਨੀ ਮੇਰਾ ਬੱਚਾ ਕਨੇਡਾ ਹੈ ਉਹਨੂੰ 5 ਸਾਲ ਹੋ ਗਏ 2-2.5 ਲੱਖ ਕਮਾਉਂਦਾ ਮੈਂ ਅਜੇ ਵੀ ਉਹਦਾ ਵਿਆਹ ਨਹੀਂ ਕਰਦਾ ਕਿਉਂਕਿ ਬੱਚੇ ਪੈਰਾਂ ਸਿਰ ਹੋਣ ਮਹਿੰਗਾਈ ਦਾ ਸਮਾਂ ਗ੍ਰਿਸਤੀ ਬੜੀ ਔਖੀ ਆ ਤੇ ਉਹ ਵਿਚਾਰੇ ਨੇ ਪਹਿਲੀ ਮੰਗ ਹੀ ਪਿੰਡ ਚ ਜਾਂ ਕਿਤੇ ਵੀ ਆਪਾਂ ਕਹਿੰਦੇ ਬਾਬਾ ਜੀ ਵਿਆਹ ਤੋਂ ਬਿਨਾਂ ਨਹੀਂ ਰੱਖਣੀ ਹੁਣ ਉਹ ਨੌਕਰੀ ਮਿਲੂਗੀ 4 ਪੈਸੇ ਆਉਣਗੇ ਤੇ ਕੋਈ ਆਪਣੀ ਧੀ ਉਹਨੂੰ ਦਊ ਸੋਚੋ ਰੱਤ। ਪਰ ਸਾਡੇ ਲੋਕਾਂ ਦਾ ਵੇਖੋ ਦਿਮਾਗ ਕਿੱਦਾਂ ਦਾ ਨਹੀਂ ਜੀ ਅਸੀਂ ਨੀ ਕੁਆਰਾ ਬੱਚਾ ਨੀ ਗ੍ਰੰਥੀ ਰੱਖਣਾ ਖੋਏ ਕਿੱਦਾਂ ਦੀ ਸੋਚ ਐਸੀ ਸੋਚ ਹੋਵੇ ਜਿਹਨੇ ਗਲਤੀ ਕਰਨੀ ਉਹ 90 ਚ ਵੀ ਕਰਦੇ ਨੇ। ਸੋ ਇਹਨਾਂ ਚੀਜ਼ਾਂ ਦਾ ਪ੍ਰਚਾਰ ਦਾਸ ਖਾਸ ਕਰਕੇ ਕਰਦਾ ਚਲੋ ਰਿਕਾਰਡਿੰਗ ਵੀ ਹੋ ਰਹੀ ਵੀ ਕਿਸੇ ਦੇ ਪੱਲੇ ਪੈ ਜੇ ਤੂੰ ਸਮਝ ਜੇ ਵੀ ਜ਼ਰੂਰੀ ਨਹੀਂ ਕੋਈ ਗਲਤ ਹੁੰਦਾ ਵਾ ਤੇ ਮੇਰੇ ਮਨ 'ਚ ਆਇਆ
ਕਿ ਮੰਨ ਲਓ ਹੁਣ ਸਾਡੇ ਕਿੰਨੇ ਬੱਚੇ ਪਿੰਡ ਚੋਂ ਵਿਦੇਸ਼ ਆਏ, ਤੇ ਜੇ ਬਾਬੇ ਨਾਨਕ ਦੀ ਗੱਲ ਮੰਨੀਏ ਆਪਾਂ, ਬਾਬਾ ਕਹਿੰਦਾ ਕਿਰਤ ਕਰੋ ਨਾਮ ਜਪੋ ਤੇ ਹਾਂ ਦਸਵੰਧ ਕੱਢੋ ਮਹੀਨੇ ਦਾ, ਤੇ ਜੇ 1,00,000 ਰੁਪਇਆ ਤਨਖਾਹ ਵਾ ਮਹਾਰਾਜ ਮੈਨੂੰ ਵੀ ਦੇ ਰਹੇ, ਮੈਂ ਵੀ ਜਾਵਾਂ ਤੇ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿੰਦਾ ਹਜੇ ਤੇ ਮੈਂ ਗਿਆ ਨਹੀਂ, ਤੇ ਅੱਜ ਵੀ ਮਹਾਰਾਜ ਮੇਰੇ ਤੋਂ ਇਹ ਸੇਵਾ ਲੈ ਲੈਂਦੇ ਵੀ ਆਏ ਮਹੀਨੇ 10,000-12,000 ਰੁਪਇਆ ਦਾਸ ਨੇ ਸੇਵਾ ਕਰਨੀ ਹੁੰਦੀ ਕਿਸੇ ਰਸਤੇ ਰਾਹੀਂ, ਹਜੇ ਆਪਾਂ ਇੱਥੇ ਹੀ ਹਾਂ, ਤੇ ਜਦੋਂ ਮੱਲਾ ਮਹਾਰਾਜ ਸੁਣੂਗਾ ਕੋਈ ਫਰਕ ਨੀ ਪੈਂਦਾ, ਜੇ ਮੇਰੀ 1,00,000 ਰੁਪਇਆ ਤਨਖਾਹ ਵਿੱਚੋਂ 10,000 ਰੁਪਇਆ ਕਿਸੇ ਨੂੰ ਮੈਂ ਦੇ ਦਾਂ ਫਰਕ ਨੀ ਪੈਣਾ, ਤੇ ਮੇਰੇ ਮਨ ਚ ਸਵੇਰੇ ਆਵੇ ਵੀ ਬੱਚਾ ਇੰਨਾ ਸੋਹਣਾ ਕੀਰਤਨ ਕਰਦਾ ਹੈ। ਜੇ ਕੋਈ ਸਿੰਘ ਜ਼ਿੰਮੇਵਾਰੀ ਚੁੱਕ ਲੈ ਬਾਬਾ ਜੀ ਇਹ ਕੀਰਤਨ ਕਰੇ ਤੇ ਇਹਦੀ ਮਹੀਨੇ ਦੀ ਤਨਖਾਹ ਅਸੀਂ ਦੇਵਾਂਗੇ। ਦੇਖੋ ਇੱਕ ਪਿੰਡ ਚ 50 ਬੱਚੇ ਗਏ ਆ ਤੇ 50 ਨੂੰ ਤੇ 2,000 ਹੋਣੀ, ਤੇ ਕਿੰਨਾ ਸੋਹਣਾ ਦਰਬਾਰ ਦੇ ਵਿੱਚ ਕੋਈ ਬੱਚਾ ਗਾਊਗਾ ਕਥਾ ਕੀਰਤਨ ਕਰੋ ਕਿੰਨਿਆਂ ਦਾ ਭਲਾ ਹੋਊਗਾ, ਪਰ ਇਹਨਾਂ ਗੱਲਾਂ ਵੱਲੇ ਸਾਡਾ ਤਾਈਓ ਫਿਰ ਇੱਥੇ ਬੀਬੀਆਂ ਰੋਂਦੀਆਂ ਬਾਬਾ ਜੀ ਬੱਚਾ ਟੀਕੇ ਲਾਉਣਾ ਬੱਚਾ ਸ਼ਰਾਬ ਖਾਣ, ਸਾਡੇ ਜਵਾਬ ਆਖੇ ਨਹੀਂ ਲੱਗਦੇ, ਕਿਤੇ ਨਾ ਕਿਤੇ ਆਪਾਂ ਧਿਆਨ ਨਹੀਂ ਦੇ ਰਹੇ, ਅਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰ ਰਹੇ। ਇੱਕ ਵਿਆਹ ਦੇ ਉੱਤੇ ਅਸੀਂ 20,00,000 ਰੁਪਇਆ ਚੁੱਲ੍ਹੇ 'ਚ ਪਾ ਦਿੰਦੇ, ਨਾਲੇ ਪੰਜਾਬ ਦੀ ਬਰਬਾਦੀ ਨਾਲੇ ਬੱਚਿਆਂ ਦੀ, ਤੇ ਮੇਰੇ ਹਜ਼ੂਰੀ 'ਚ ਬੈਠਿਆਂ ਮਨ 'ਚ ਆਇਆ ਕਿ ਜੇ ਕੋਈ ਇੱਦਾਂ ਦੀ ਰੂਹ ਹੋਵੇ ਉਹ ਕਵੇ ਮਹਾਰਾਜ ਮੇਰੀ ਸੁਣ ਲੈਣ ਅਰਦਾਸ ਕਰ ਦਿਓ, ਤੇ ਮੈਂ ਹੀ ਹਾਜ਼ਰ ਹੋ ਕੇ ਹੁਣ ਕਹਿ ਦਿੰਦਾ ਮਹਾਰਾਜ ਜਾਂ ਕਿਰਪਾ ਮਹਾਰਾਜ ਕਰਨ 10,000 ਰੁਪਇਆ ਦਾਸ ਦਊਂਗਾ ਮੈਂ ਦਊਂ ਉਸ ਬੱਚੇ ਨੂੰ, ਕਿਉਂਕਿ 7-6 ਦਿਨਾਂ ਹੁਣ ਮੈਂ ਸੰਗਤ ਵਿੱਚ ਇਹ ਗੱਲ ਕਹਿੰਦਾ ਵੀ ਦਾਸ 10,000 ਰੁਪਇਆ ਮਹੀਨੇ ਦਾ ਦੇਵੇਗਾ, ਉਹਨੂੰ ਕਹਿਣਾ ਤੂੰ ਫ੍ਰੀ ਕੀਰਤਨ ਕਰ ਮੇਰੇ ਤੋਂ ਲੈ। ਧਿਆਨ ਇੱਧਰ ਚਾਹੀਦਾ ਵਾ, ਇਹ ਨਹੀਂ ਸਾਡੇ ਕੋਲ ਅੱਜ ਹੈ ਨਹੀਂ ਕੁਝ, ਅਸੀਂ ਕਿਉਂ ਆਪਣੇ ਵਜ਼ੀਰਾਂ ਦੀਆਂ ਵੀਡੀਓ ਵੇਹਣੇ ਨੈੱਟ ਤੇ, ਕੀ ਆਪਣੇ ਕੋਲ ਹੈ ਨਹੀਂ ਕੁਝ? ਆਪਾਂ ਦੇ ਪਿਆਰਿਓ ਉਹ ਕੌਮ ਦੇ ਵਾਰਸ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਕੀਤਾ ਸੀ ਨਾ ਨੌਨਿਹਾਲ ਦਾ, ਲੋਕੀ ਕਹਿੰਦੇ ਅਬਾਨੀ ਡਾਨੀ ਦਾ ਵਿਆਹ ਹੋਇਆ ਮੁੰਡੇ ਦਾ, ਉਹ ਜਿਹੜਾ ਮੋਟੂ ਜਿਹਾ ਨਾ ਗੱਲਾਂ ਵਜਾ ਕਰਦਾ ਤੇ ਇਹ ਬੜਾ ਪੈਸਾ ਲਾਇਆ ਜੀ, ਸ਼ੇਰਵਾਨੀ 2 ਕਰੋੜ ਦੀ ਪਾਈ ਆ ਤੇ ਪਤਾ ਨੀ ਕੀ ਕੁਝ। ਤੇ ਜਦੋਂ ਸ਼ੇਰੇ ਪੰਜਾਬ ਦਾ ਇਤਿਹਾਸ ਪੜ੍ਹੀਦਾ ਨਾ, ਤੇ ਕਹਿੰਦੇ ਵੀ ਜਿੱਦਣ ਕੰਵਰ ਨੌਨਿਹਾਲ ਦੀ ਸ਼ਾਦੀ ਕੀਤੀ ਨਾ ਸ਼ਾਮ ਸਿੰਘ ਅਟਾਰੀ ਫਤਿਹਗੜ੍ਹ ਸਭਰਾ, ਮੌਜੂਦਾ ਮਹਾਂਪੁਰਖ ਬਾਬਾ ਸਿੰਘ ਸਿੰਘ ਜੀ ਸਭਰਾਵਾਂ ਦਾਸ ਜਾਂਦਾ ਰਹਿੰਦਾ, ਉਸ ਘਰੇ ਬਰਾਤ ਢੁੱਕਣੀ ਸੀ ਤੇ ਕਹਿੰਦੇ ਸ਼ੇਰੇ ਪੰਜਾਬ ਨੇ ਐਲਾਨ ਕੀਤਾ, ਕਹਿੰਦੇ ਰਸਤੇ ਦੇ ਵਿੱਚ ਜਿਹੜਾ ਮੰਗਤਾ ਆਉਂਦਾ ਨਾ ਆਪਣੇ ਕਰਿੰਦਿਆਂ ਨੂੰ, ਕਹਿੰਦੇ ਇੰਨੀ ਕੁ ਝੋਲੀ ਭਰ ਦਿਓ ਮੋਹਰਾਂ ਨਾਲ ਵੀ ਸਾਰੀ ਜ਼ਿੰਦਗੀ ਮੁੜ ਕੇ ਮੰਗਣ ਮੰਗ ਜਾਵੇ। ਬੋਲੋ ਸਤਿਨਾਮ। ਗੱਲਾਂ ਕਰਦੇ ਬਾਣੀ ਡਾਂਡੀ, ਉਹ ਸ਼ੇਰੇ ਪੰਜਾਬ ਵਰਗਾ ਰਾਜ ਨੀ ਕਿਸੇ ਤੋਂ ਹੋਇਆ ਜਿਹਨੇ ਮੰਗਤਿਆਂ ਨੂੰ ਇੱਕੇ ਵਿਆਹ ਦੇ ਵਿੱਚ ਰਾਜੇ ਬਣਾਉਂਦਾ, ਮੁੜ ਕੇ ਜ਼ਿੰਦਗੀ ਚ ਮੰਗਣਾ ਨੀ ਪਿਆ, ਇਸ ਚੀਜ਼ ਦਾ ਥੋੜਾ ਜਿਹਾ ਮਾਣ ਹੋਇਆ। ਧਿਆਨ ਦੇਖੋ ਕੈਸਾ ਰਾਜਾ ਸੀ, ਇਸ ਚੀਜ਼ ਦਾ ਮਾਣ ਨੀ ਹੋਇਆ ਥੋੜਾ ਜਿਹਾ ਵੀ ਅੱਜ ਮੇਰੇ ਘਰੇ ਬੱਚੇ ਦਾ ਵਿਆਹ ਵਾ ਤੇ ਮੈਂ 1,45,000 ਮੀਲ ਮੁਰੱਬੀ ਦਾ ਮਾਲ, ਅੱਜ ਮੈਂ ਕਮਲੇ ਵੀ ਰਾਜੇ ਬਣਾਤੇ, ਤੇ ਜਦੋਂ ਕਹਿੰਦੇ ਇੱਥੇ ਆਏ ਵਿਆਹਣ ਵਾਸਤੇ ਤੇ ਉੱਥੇ ਇੱਕ ਮੰਗਤਾ ਖੜੋਤਾ, ਤੇ ਜਦੋਂ ਸ਼ੇਰੇ ਪੰਜਾਬ ਦੇ ਕਰਿੰਦਿਆਂ ਨੇ ਇੱਧਰ ਧਿਆਨ ਦਿਓ ਬੱਚੇ ਵੱਲ ਜੋ ਬਸ ਤੁਰ ਦੇਣਾ, ਤੇ ਕਹਿੰਦੇ ਜੇ ਝੋਲੀ ਕਰਕੇ ਖੜਾ ਤੇ ਸ਼ੇਰੇ ਪੰਜਾਬ ਦੇ ਕਰਿੰਦੇ ਉਹਨੂੰ ਕਹਿੰਦੇ ਝੋਲੀ ਕਰ, ਤੇਰੀ ਝੋਲੀ ਚ ਅੱਜ ਦਾ 25-30 ਲੱਖ ਰੁਪਇਆ ਪਾ ਦੂਗਾ ਕੋਈ,
ਬੋਲੋ ਵਾਹਿਗੁਰੂ। ਕਹਿਣ ਲੱਗੇ ਝੋਲੀ ਕਰ, ਉਹਨੇ ਆਖਿਆ ਮੈਂ ਨਹੀਂ ਲੈਣਾ। ਜਦੋਂ ਇਹ ਗੱਲ ਪਤਾ ਲੱਗੀ ਨਾ ਸ਼ੇਰੇ ਪੰਜਾਬ, ਉਹ ਆਪ ਆਇਆ ਹੱਥ ਉਤਰ ਕੇ, ਉਹਨੇ ਆਖਿਆ ਤੂੰ ਮੰਗਤਾ ਵਾ ਕਹਿੰਦੇ ਹੈਗਾ। ਬੋਲੋ ਵਾਹਿਗੁਰੂ। ਜਦੋਂ ਇਹ ਸਾਖੀਆਂ ਪੜ੍ਹੀ ਦੀਆਂ ਤੇ ਇੱਦਾਂ ਲੱਗਦਾ ਜਿਵੇਂ ਝੂਠ ਆ, ਇਹ ਐਵੇਂ ਲਿਖੀਆਂ ਵਾ ਅੱਜ ਦੇ ਰਾਜਿਆਂ ਨੂੰ ਵੇਖ ਕੇ, ਅੱਜ ਦਾ ਮਾਹੌਲ ਵੇਖ ਕੇ ਧਾਹਾਂ ਨਿਕਲਦੀਆਂ। ਅੱਜ ਤੇ ਜਿਹੜਾ ਸੱਚ ਬੋਲਦਾ ਉਹਨੂੰ ਉਸੇ ਵੇਲੇ ਤੇ ਕੇਸ ਪਾ ਕੇ ਅੰਦਰ ਕਰ ਦਿੰਦੇ ਆ, ਕੋਈ ਗੁਨਾਹ। ਉਹ ਮੰਗਤਾ ਕਹਿੰਦਾ ਮੈਂ ਨਹੀਂ ਲੈਣੀ ਉਮਰ। ਸ਼ੇਰੇ ਪੰਜਾਬ ਆਪ ਗਿਆ, ਕਹਿੰਦਾ ਵੀ ਤੂੰ ਗੁੱਸੇ, ਤੂੰ ਨਾਰਾਜ਼ ਹੈ ਕਿਸੇ ਗੱਲੋਂ, ਲਿਆ ਮੈਂ ਤੈਨੂੰ ਆਪ ਮੋਹਰਾਂ ਦੇ ਦਿੰਦਾ ਜੇ ਤੂੰ ਮੇਰੇ ਕਰਿੰਦਿਆਂ ਤੋਂ ਨਹੀਂ ਲੈਣੀਆਂ। ਮੈਂ ਵਚਨ ਕਰ ਦਿੱਤਾ ਹੈ ਕਿ ਮੇਰੇ ਬੱਚੇ ਦੇ ਵਿਆਹ ਦੇ ਵਿੱਚ ਕੋਈ ਮੰਗਤਾ ਜਿਹੜਾ ਮੰਗਤਾ ਨਹੀਂ ਰਹਿਣਾ ਚਾਹੀਦਾ। ਪੜੋ ਇਤਿਹਾਸਾਂ ਦੇ ਬੱਚਿਆਂ ਨੂੰ ਦੱਸੋ ਕਿਹੜੇ ਬਾਣੀ ਦਾਨੀ ਦੀ ਗੱਲ ਕਰਦੇ, ਇੰਨੇ ਕਰੋੜ ਗਰਭ ਚ ਵਿਆਹ ਕੀਤਾ, ਸਾਡੇ ਵਿਆਹ ਵੇਖੋ ਸ਼ੇਰੇ ਪੰਜਾਬ। ਕਹਿਣ ਲੱਗੇ ਸ਼ੇਰੇ ਪੰਜਾਬ ਉੱਤਰ ਕੇ ਮੋਹਰਾਂ ਦੀ ਥਾਲੀ ਭਰ ਕੇ ਲਿਆ, ਇਹਦਾ ਕਰ ਝੋਲੀ। ਉਹ ਮੰਗਤਾ ਵੇਖੋ ਉਹਦੀ ਜੁਰਤ, ਉਹਦਾ ਜਜ਼ਬਾ, ਇਹਦਾ ਸ਼ੇਰੇ ਪੰਜਾਬ ਸਿਆ ਮੈਂ ਕਦੇ ਮੰਗਤਿਆਂ ਤੋਂ ਨਹੀਂ ਮੰਗਦਾ। ਸ਼ੇਰੇ ਪੰਜਾਬ ਦਾ ਅੰਦਰ ਕਿੰਨਾ ਕੁ ਠੰਡਾ, ਕਿੱਦਾਂ ਦਾ ਰਾਜਾ ਹੋਊਗਾ, ਤੁਸੀਂ ਹਿਸਾਬ ਲਾਇਆ ਕਰੋ। ਉਹਨੇ ਕਿਹਾ ਮੈਂ ਤੇਰੇ ਵਰਗੇ ਮੰਗਤਿਆਂ ਤੋਂ ਨਹੀਂ ਮੰਗਦਾ। ਸ਼ੇਰੇ ਪੰਜਾਬ ਕਹਿੰਦੇ ਸਾਰੇ ਆਸੇ ਪਏ, ਕਹਿੰਦੇ ਮੈਂ ਮੰਗਦਾ ਵਾ, ਕਹਿੰਦੇ ਉਦਾਂ ਉੱਤੇ ਤੂੰ ਰਾਜਾ ਏ, ਪਰ ਅੱਜ ਤੂੰ ਬਰਾਤ ਲੈ ਕੇ ਆਪਣੇ ਬੱਚੇ ਨੂੰ ਲੈ ਕੇ ਕਿਸੇ ਦੇ ਘਰੋਂ ਕੁਝ ਮੰਗਣ ਆਇਆ ਏ, ਅੱਜ ਮੈਂ ਤੇਰੇ ਤੋਂ ਹੀ ਦਾਨ ਪਾਉਣਾ, ਅੱਜ ਮੈਂ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਤੋਂ ਝੋਲੀ ਭਰਾਉਣੀ, ਕਿਉਂ ਅੱਜ ਦੀ ਦਿਨ ਦੇ ਵਿੱਚ ਉਹ ਰਾਜਾ ਏ ਤੇ ਤੂੰ ਮੰਗਤਾ ਏ, ਕਿਉਂਕਿ ਉਹ ਆਪਣੀ ਧੀ ਜਿਹੜੀ ਹੈ ਤੇਰੇ ਪੁੱਤ ਨੂੰ ਦਾਨ ਕਰਨ। ਵੇਖੋ ਵੱਡਾ, ਸਭ ਤੋਂ ਵੱਡਾ ਦਾਨ ਧੀ ਦਾ ਵਾ, ਆਪਣੀ ਧੀ ਨੂੰ ਜੰਮ ਕੇ ਜਵਾਨ ਕਰਕੇ ਪੜ੍ਹਾ ਲਿਖਾ ਕੇ ਕਿਸੇ ਦੇ ਘਰ। ਮਹਾਂਪੁਰਖ ਕਹਿੰਦੇ ਹੁੰਦੇ ਜੇ ਧੀਆਂ ਜੰਮੀਆਂ ਭੈਣੋ ਟੈਨਸ਼ਨ ਨਾ ਲਿਆ, ਬਹੁਤ ਵੱਡੇ ਭਾਗ ਆ ਤੁਹਾਡਿਆਂ ਨੇ ਨੀ ਘਬਰਾਉਣਾ। ਮੇਰੀ ਜ਼ਿੰਦਗੀ ਦਾ ਤਜਰਬਾ ਰਹਿਣਾ, ਜਦੋਂ ਬੰਦਾ ਮੰਜੀ ਤੇ ਪੈਂਦਾ ਤੇ ਹੁਣ ਜੇ ਕੋਈ ਐਸੇ ਵਾਲੇ ਸੰਭਾਲਦਾ ਤੇ ਧੀਆਂ, ਕੋਈ ਚੰਗਾ ਪੁੱਤ ਨਾ ਹੋਵੇ ਸੌ ਗੱਲ ਵਧੀਆ ਸੌ ਚ ਦੋ, ਨਹੀਂ ਤੇ ਆਉਣ ਵਾਲਾ ਸਮਾਂ ਏਡਾ ਮਾੜਾ ਪਾਣੀ ਦੀ ਹੁੰਦੀ। ਇਹ ਧੀਆਂ ਵਿਚਾਰੀਆਂ ਫਿਰ ਵੀ ਜਿੰਨੀ ਜੋਗੀਆਂ, ਇਹ ਬੜਾ ਕਰਦੀਆਂ, ਕੁਛ ਨੀ ਮੰਗਦੀਆਂ। ਪਰ ਮਹਾਤਮਾ ਵੀ ਕਹਿੰਦੇ ਜਦੋਂ ਬੰਦਾ ਵਿਆਹ ਕਰਦਾ ਧੀ ਦਾ, ਸਭ ਤੋਂ ਵੱਡਾ ਦਾਨ ਧੀ ਦਾ ਏ, ਜਦੋਂ ਕਿਸੇ ਨੂੰ ਆਪਾਂ ਧੀ ਦਾਨ ਕਰਦੇ ਤੇ ਆਪਣੇ ਕੀਤੇ ਹੋਏ ਪਾਪ ਮਾਫ ਹੁੰਦੇ, ਆਪਣੇ ਕੀਤੇ ਹੋਏ ਜਿਹੜੇ ਧੋਖੇ ਧੜੀਆਂ ਉਹ ਮਾਫ ਹੁੰਦੇ ਨੇ। ਇਸ ਕਰਕੇ ਇੱਥੇ ਕਈ ਰੂਹਾਂ ਬੈਠੀਆਂ ਮੇਰੀਆਂ ਮਾਵਾਂ ਜਿਹਨਾਂ ਪੰਜ ਪੰਜ ਧੀਆਂ ਵੀ ਆਈਆਂ ਆਪਣੇ ਸੱਤ ਸੱਤ, ਇਹ ਕਿੱਥੇ ਮਾਤਾ ਆਉਂਦੀ ਹੋਣੀ ਪਤਾ ਨੀ, ਹੁਣ ਆਉਂਦੀ ਸੱਤ ਧੀਆਂ ਵੀ ਆਈਆਂ। ਮੈਂ ਕਿਹਾ ਮਾਤਾ ਤੂੰ ਤੇ ਬੜੀ ਤਗੜੀ ਮਾਂ ਰੱਖਦੀ। ਵੇਖੋ ਇੱਕ ਮੰਗਤੇ ਨੇ ਸ਼ੇਰੇ ਪੰਜਾਬ ਦੀਆਂ ਅੱਖਾਂ 'ਚ ਪਾਣੀ ਲਿਆਦਾ ਤੇ ਉਹਨੇ ਆਖਿਆ ਵਾਕਈ। ਮੰਗਤੇ ਨੂੰ ਕਹਿੰਦਾ ਕਿ ਮੈਂ ਮੰਗਤਾ ਵਾਂ, ਮੈਂ ਅੱਜ ਸਾਰੀ ਦੁਨੀਆਂ ਨੂੰ ਵੰਡਣ ਲਿਆ, ਪਰ ਅੱਜ ਮੈਂ ਕਿਸੇ ਦੀ ਧੀ ਨੂੰ ਮੰਗਣ ਆਇਆ, ਅੱਜ ਉਹਨੇ ਦਾਨ ਕਰਨਾ ਵੱਡਾ ਦਾਨੀ। ਤੇ ਸਾਡੇ ਲੋਕਾਂ ਦੀ ਉਲਟ ਗੱਲ ਹੈ, ਇੱਥੇ ਉਸ ਵੇਲੇ ਉਹ ਨੀਵਾਂ ਆਇਆ ਤੇ ਕੁੜੀ ਵਾਲੇ ਉੱਚੇ ਹੋਏ, ਤੇ ਅੱਜ ਕੁੜੀ ਵਾਲਾ ਸਾਰੇ ਟਰੱਕ ਭਰ ਕੇ ਵੀ ਦੇ ਦੇ, 50 ਲੱਖ ਮੁੰਡੇ ਦੀ ਝੋਲੀ ਵੀ ਪਾ ਲਈ, ਗੱਡੀ ਵੀ ਦੇ ਦੇ, ਤੇ ਤਾਂ ਵੀ ਕਹਿਣਾ ਜਵਾਈ ਭਾਈ।
ਵੱਡੇ ਮੁੰਡੇ ਵਾਲੇ ਗਿਣਦੇ ਆਪਣੇ ਨੂੰ ਤੇ ਸ਼ੇਰੇ ਪੰਜਾਬ ਦੇ ਰਾਜ ਦੀਆਂ ਕਥਾ ਵੱਖਰੀਆਂ। ਉੱਥੇ ਇੱਕ ਮੰਗਤੇ ਨੇ ਸ਼ੇਰੇ ਪੰਜਾਬ ਦਾ ਮਾਣ ਚੂਰ ਕਰਦਾ ਵੀ ਕਿਤੇ ਮਣ ਚ ਨਾ ਆਵੇ ਕਿ ਅੱਜ ਮੈਂ ਮੰਗਤੇ ਸ਼ਾਹ ਬਣਾਉਂਦੇ। ਇਹਨੂੰ ਕਹਿੰਦੇ ਸਾਡਾ ਇਤਿਹਾਸ ਦੇ ਪੱਤਰੇ ਜਿਹੜੇ ਅੱਜ ਕਿਤੇ ਗੁੰਮ ਹੋ ਗਏ। ਜਿੱਥੇ ਕਿਤੇ ਅਸੀਂ ਰਾਜ ਕੀਤੇ ਅੱਜ ਆਪਣੇ ਕੋਲ ਸਵਾਏ ਹੰਝੂਆਂ ਦੀ ਕੁਝ ਨਹੀਂ ਹੈ। ਜਿੰਨੇ ਸਿੱਖ ਆਉਣ ਵਾਲੀ ਪੀੜ੍ਹੀ ਦੇਖ ਲਓ, ਮੈਂ ਬੱਚਿਆਂ 'ਚ ਵਿਚਰਦਾ, ਗੁਰਦੁਆਰੇ 100 ਦੇ ਵਿੱਚੋਂ 20 ਛੱਡ ਕੇ 80 ਉਹ ਨੇ ਮੇਰੇ ਵਰਗੇ ਜਿਹੜੇ ਹੰਝੂਆਂ ਦੀ ਭੇਟਾ ਲੈ ਕੇ ਆਏ। ਘਰ 'ਚ ਗਰੀਬੀ ਆ, ਕੋਈ ਆਮਦਨ ਦੀ ਸਾਧਨ ਨਹੀਂ, ਫਿਰ ਉਹ ਜਾ ਕੇ ਰੋਂਦੇ ਬਾਬਾ ਕੋਈ ਬੰਗਾ ਖੋਲ ਦੇ ਕਿ ਬਣੇ, ਕੋਈ ਬੱਚਿਆਂ ਦੀ ਸਾਈਡ ਹੋ ਜੇ, ਜਿਹੜੇ ਦੁਨੀਆਂ ਨੂੰ ਸੁੱਖ ਦੇਣ ਵਾਲੇ ਅੱਜ ਰੋਂਦੇ ਆ। ਰੋਂਦੇ ਕਿਉਂ? ਪਰਮੇਸ਼ਰ ਤੇ ਭੁੱਲਿਆ, ਬਾਣੀ ਤੇ ਬਾਣਾ ਛੱਡਤਾ ਜੀ। ਗੁਰੂ ਦੀ ਬਾਣੀ ਨਾਲੋਂ ਟੁੱਟ ਗਿਆ, ਸਿਮਰਨ ਨਾਲੋਂ ਟੁੱਟ ਗਿਆ। ਤਾਂ ਮਹਾਰਾਜ ਸਾਹਿਬ ਜੀ ਦੇ ਬਾਰੇ ਲਿਖਿਆ, ਮਹਾਰਾਜ ਪਥਾਰੀਆਂ ਨੇ ਰਾਜ ਕਰਨਗੇ। ਤੇ ਮਹਾਰਾਜ ਬਾਲ ਗੰਗਾਈ ਨੂੰ ਕਹਿੰਦੇ, ਭਾਈ ਸਰਬ ਨਿਰੰਜਨ ਕੇਰ ਪਦਾਰ, ਇਹ ਜਿਹੜੀ ਤੂੰ ਸੇਵਾ ਕਰਨਾ ਨਾ, ਮਾਣ ਨਾ ਕਰੀ। ਜੇ ਆਪਾਂ ਬਟੂਏ ਚੋਂ ਕਿਸੇ ਨੂੰ ਕੁਝ ਦਿੰਦੇ ਹਾਂ ਨਾ, ਤੇ ਯਾਦ ਰੱਖੋ ਬਟੂਆ ਭਰਨ ਵਾਲਾ ਵੀ ਮਾਲਕ ਹੀ ਆ। ਜੇ ਤੇਰੇ ਬਟੂਏ ਚ ਹੋਊ ਕੁਝ ਨਾ ਤੇ ਕਿਸੇ ਨੂੰ ਦਊਂਗੇ ਕੀ? ਇਹ ਕਰਕੇ ਕੋਈ ਦਾਵਾ ਨਹੀਂ, ਕੋਈ ਆਪਣਾ ਹੰਕਾਰ ਨਹੀਂ ਵੀ ਮੈਂ ਕਿਸੇ ਨੂੰ ਦਾਨ ਦਿੱਤਾ। ਨਹੀਂ, ਸ਼ੁਕਰ ਕਰਿਆ ਕਰੋ, ਵਾਹਿਗੁਰੂ ਤੂੰ ਮੇਰੀ ਝੋਲੀ ਚ ਪਾਇਆ ਤੇ ਮੈਂ ਮੁੜ ਭਰ ਕੇ ਅੱਗੇ ਦੇ ਦਿੱਤਾ ਹੈ। ਲੱਗੇ ਇਸ ਤਰ੍ਹਾਂ ਮਹਾਰਾਜ ਦੇ ਨਾਲ ਨਾਲ ਬਾਲ ਗੰਗਾਈ ਜੀ ਮਹਾਰਾਜ ਸਾਹਿਬ ਨੂੰ ਲੈ ਕੇ ਚੱਲ ਪਏ ਹਨ। ਬਹੁਤ ਸੋਹਣਾ ਘਰ ਬਣਾਇਆ ਹੈ ਬਾਲ ਗੰਗਾਈ, ਉੱਥੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੂੰ ਲੈ ਗਿਆ ਤੇ ਵਚਨ ਕਰਦਾ ਹੈ। ਕਹਿਣ ਲੱਗਾ, ਮਹਾਰਾਜ ਫਕੀਰ ਜੀ, ਇਹ ਰੱਬ ਦੇ ਦਾਤੇ ਦੇ ਦਵਾਜੀ ਹੋਏ ਮਹਾਂਪੁਰਖੋ, ਆ ਆਪਣਾ ਹੀ ਥਾਂ ਸਮਝੋ। ਇੱਥੇ ਤੁਹਾਡਾ ਭੜਾ ਗੁਜਰਾਨ ਹੋਵੇਗਾ, ਭਾਵੇਂ ਮਹੀਨਾ ਰਹੋ ਭਾਵੇਂ 10 ਦਿਨ ਰਹੋ, ਤੁਹਾਡੀ ਮੌਜ ਹੈ, ਭਾਵੇਂ ਪੱਕੇ ਰਹੋ, ਸੁੰਦਰ ਗੁਜ਼ਾਰਾ ਹੈ। ਮਹਾਰਾਜ ਸਾਹਿਬ ਜੀ ਨੇ ਜਦੋਂ ਇਰਦ ਗਿਰਦ ਵੇਖਿਆ ਤੇ ਵਜਨ ਕੀਤਾ, ਮਹਾਰਾਜ ਕਹਿੰਦੇ ਤੇ ਬਾਦਸ਼ਾਹੀ ਦੀ ਲੀਲਾ ਦੇ ਰਾਜੇ ਰਾਜ ਕਾਫੀ ਸੁੰਦਰ ਬਣਾਇਆ ਉਹ ਡੇਰਾ ਨੇ। ਜਿੱਦਾਂ ਅੱਜ ਆਮ ਹੀ ਡੇਰਿਆਂ ਦੇ ਵਿੱਚ ਬਹੁਤ ਪਾਣੀ ਵਾਲੇ ਲੱਗੇ, ਨਹਾਉਣ ਵਾਲੇ ਘੂੜੇ, ਪਾਰਕਾਂ, ਫੁੱਲ, ਬੜਾ ਬੜਾ ਵਧੀਆ ਸਿਸਟਮ ਬਣਾਇਆ ਬਾਬਿਆਂ ਨੇ। ਖੋਏ ਦੁਨੀਆਂ ਨੂੰ ਹਰ ਫੈਸਿਲਿਟੀ ਦਿੱਤੀ, ਹਰ ਸਹੂਲਤ ਦਿੱਤੀ ਆ, ਏਸੀ ਵੀ ਦਿੱਤਾ ਹੈ, ਗਰਮੀ ਵਾਲੇ ਸਾਰੇ ਤਰ੍ਹਾਂ ਦੇ, ਕਿਉਂਕਿ ਜਿੱਥੇ ਸੰਗਤਾਂ ਜੁੜਦੀਆਂ ਸੰਗਤਾਂ ਦਾ ਹੀ ਸਾਰਾ ਸੋਚਿਆ ਗੁਰਮੁਖ, ਸੰਗਤਾਂ ਹੀ ਸਭ ਕੁਝ ਕਰਨਾ। ਖੋਏ ਹੋਏ ਸੰਗਤਾਂ ਨੇ ਬਾਬੇ ਨੇ ਕਿਹੜਾ ਕੋਲੋਂ ਲਿਆਉਣਾ, ਤੁਹਾਡਾ ਹੀ ਆ। ਖੋਏ ਹੁਣ ਆਪਣੇ ਗਰਮੀ ਚ ਪੈਰ ਸੜਦੇ ਹੁੰਦੇ ਤੇ ਉਹ ਸਿੱਖ ਨੂੰ ਮਹਾਰਾਜ ਨੇ ਆਵਾਜ਼ ਮਾਰੀ, ਉਹਨੇ ਉਹ ਸਾਰਾ ਸ਼ੈਡ ਸਵਾ ਤੇ ਹੁਣ ਉਹ ਹੀ ਥਾਂ ਸੋਹਣਾ ਬਣ ਗਿਆ। ਇਸ ਤਰ੍ਹਾਂ ਹੀ ਸਾਰ ਸੰਗਤ ਸੰਗਤ ਦਾ ਹੀ ਸੰਗਤ ਨੇ ਵਰਤਣਾ ਹੈ, ਮਹਾਂਪੁਰਖ ਦੇ ਆਉਂਦੇ ਬਸ ਸੇਵਾ ਕਰੋ।
ਇਹ ਸਿਮਰਨ ਕਰਾਉਣ ਤੁਹਾਡਾ ਤੁਸੀਂ ਵਰਤੀ ਜਾਣਾ ਹੈ। ਮੰਤਰ ਕੋਸ਼ ਕੋ ਜਲੇ ਦਿਖਾਇਓ ਭਾਂਤ ਭਾਂਤ ਕੋ ਰੰਗ ਸਹਾਇਓ। ਇੱਕ ਸੋਹਣਾ ਹਾਰ ਬਣਾਇਆ ਉਹਦੇ ਚ ਭਾਂਤ ਭਾਂਤ ਦੇ ਦਸਤਰ ਚੰਗੇ ਹੋਏ ਗਰੀਬਾਂ ਨੂੰ ਦੇਣ ਵਾਸਤੇ ਖੋਲੇ। ਬਹੁਤ ਸੋਹਣਾ ਕਹਿੰਦੇ ਸਿਸਟਮ ਬਣਿਆ ਹੋਇਆ ਤੇ ਉਹਦੇ ਚ ਵਸਤਰ ਬੜੇ ਪਿਆਰੇ ਪਿਆਰੇ ਤੇ ਮਹਾਰਾਜ ਸਾਹਿਬ ਕਹਿੰਦੇ ਕਿ ਇਹਨੇ ਮਹਾਰਾਜ ਜਿਹੜਾ ਕਿ ਨੰਗਾ ਹੁੰਦਾ ਉਹਨੂੰ ਇੱਥੇ ਕਹਿੰਦਾ ਜਿਹੜਾ ਕਿ ਨੰਗਾ ਪਾਲਾ ਭਾਵੇਂ ਜਿਹੜੇ ਤੂੰ ਸਾਰੇ ਕਾਰਜਾਂ ਤੇ ਪਿਆ ਇਹ ਰਾਜਿਆਂ ਵਾਲੇ ਆ ਸਭ ਰਾਜਿਆਂ ਵਾਲਾ ਸਿਸਟਮ ਬਣਿਆ ਹੋਇਆ ਬਹੁਤ ਪੈਸਾ ਖਰਚ ਕੀਤਾ ਹੈ। ਅੱਜ ਵੀ ਜਿਹੜੇ ਵੱਡੇ ਵੱਡੇ ਮਹਾਂਪੁਰਖ ਨੇ ਕਈ ਥਾਵਾਂ ਤੇ ਕੁੱਝ ਚੰਗੇ ਵੀ ਨੇ ਕੁੱਝ ਮੰਦੇ ਜੋੜਾ ਹੁੰਦਾ ਨਾ ਜੀ ਚੰਗੇ ਤੇ ਮਾੜੇ ਮਾੜੇ ਰਾਤ ਤੇ ਗਰੀਬ ਤੇ ਕੁੱਝ ਸਾਧੂ ਅੱਜ ਵੀ ਬੰਦਗੀ ਵਾਲੇ ਕਈ ਲਗਲੀ ਵੀ ਹੈਗੇ ਮੇਰੇ ਵਰਗੇ ਜਿਹਨਾਂ ਦਾ ਤੀਰ ਤੁੱਕਾ ਹੀ ਚੱਲਿਆ ਵਾ ਖਰਬਾਂ ਦੀ ਜਾਇਦਾਦ ਬਣ ਗਈ ਟਰਾਂਸਪੋਰਟਰਾਂ ਚੱਲਣ ਰਹੀਆਂ ਅਮਰੀਕਾ ਚ ਪੈਟਰੋਲ ਪੰਪ ਚੱਲਣ ਰਿਹਾ ਬੇਬੇ ਜੀ ਮੈਂ ਸੰਤ ਬਣੂਗਾ ਬੰਦਾ ਬੜਾ ਬੇਅੰਤ ਬਣੂਗਾ ਹੈ ਕਈਆਂ ਨੂੰ ਮੈਂ ਲੁੱਟੂ ਬੇਬੇ ਘਰ ਘਰ ਜਾ ਕੇ ਸੁੱਟੂ ਬੇਬੇ ਬੜਾ ਸੋਹਣਾ ਕਿ ਵਾਕਈ ਹੈ ਤੇ ਇੱਧਰ ਨਜ਼ਾਰੇ ਹੀ ਆ ਪਰ ਮਹਾਰਾਜ ਕੋ ਦਾਰ ਹੁੰਦਾ ਮਹਾਰਾਜ ਕਹਿੰਦੇ ਜਿਹੜਾ ਸੰਗਤ ਦਾ ਧਨ ਖਾਂਦਾ ਵਾ ਮੁਰਕੇ ਉਹਨੂੰ ਕੀੜੇ ਪੀਂਦੇ ਉਹਦੀ ਗਤੀ ਇਹ ਹੁੰਦੀ। ਹੁਣ ਜਦੋਂ ਆਹ ਇਤਿਹਾਸ ਪੜ੍ਹ ਲਈਦਾ ਫਿਰ ਖੱਟ ਗਏ ਤੇ ਅਸੀਂ ਹੋਣਾ ਫਿਰ ਜਦੋਂ ਚੇਤਾ ਆ ਜਾਂਦਾ ਨਾ ਮਹਾਰਾਜ ਨੇ ਏਦਾਂ ਕਿਹਾ ਫਿਰ ਜੇ ਕਿਸੇ ਦਾ 100 ਰੁਪਈਆ ਵੀ ਜੇਬ ਚ ਰਹਿ ਜੇ ਨਾ ਸੇਵਾ ਦਾ ਉਹ ਦੂਜੇ ਦਿਨ ਫੜਾਈ ਦਾ ਵੀ ਆਹ ਲੋ ਬਾਬਾ ਜੀ ਆਹ ਕਿਸੇ ਨੇ ਦਿੱਤਾ ਸੀ ਡਰ ਲੱਗਦਾ ਕਿਉਂਕਿ ਮਾਰੇ ਦੇ ਨੇੜੇ ਰਹੀਏ ਵਧੀਆ ਦੁੱਖੀ ਸੁੱਖੀ ਖਾਏਗਾ ਹੇ ਭਰਾਈ ਚੋਪੜੀ ਨਾ ਦਰਸਾਈ ਮੁੜ ਕੇ ਆ ਸਤਾਲਾਂ ਚ ਗਲੇ ਫਿਰਦੇ ਬਾਬੇ ਬਾਬੇ ਦੀ ਲੱਤ ਲੱਗੀ ਪਿੱਠ ਚ ਕੀੜੇ ਪੈ ਤੇ ਪ੍ਰੇਮੀ ਕਹੀ ਜਾਣ ਮਹਾਂਪੁਰਖਾਂ ਨੇ ਨਾ ਸਾਰਿਆਂ ਦੇ ਦੁੱਖ ਆਪਦੇ ਤੇ ਲੈ ਲੈ ਆਹੋ ਤੂੰ ਤੇ ਪੁੱਛ ਕੇ ਆ ਲੈ ਲੈ ਉਹ ਤੇ ਜਿਹੜਾ ਲੋਕਾਂ ਦਾ ਖਾਧਾ ਉਹ ਨਿਕਲ ਗਿਆ ਅੰਧੇ ਪ੍ਰੇਮੀ ਫਿਰ ਕਹੀ ਜਾਣਗੇ ਨਹੀਂ ਬਾਬਾ ਜੀ ਤਾਂ ਦੁਖੀ ਹਸਪਤਾਲ ਸਾਰਿਆਂ ਨੂੰ ਦੁੱਖ ਆਪਦੇ ਤੇ ਲੈ ਲਿਆ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਨੇ ਲੈ ਹੀ ਆਪਦੇ ਤੇ ਸਾਰੀ ਦਿੱਲੀ ਨੂੰ ਹੈਗਾ ਫੈਲ ਗਿਆ ਤੇ ਪਾਤਸ਼ਾਹ ਨੇ ਚਬੱਚੇ ਚ ਆਪਣੇ ਸੋਹਣੇ ਚਰਨ ਭੇ ਕੇ ਉਹ ਜਲ ਲਿਜਾ ਕੇ ਸਾਰੀ ਸੰਗਤ ਨੇ ਛਕਿਆ ਤੇ ਸੰਗਤ ਰਾਜੀ ਹੋ ਗਈ ਤੇ ਮਹਾਰਾਜ ਦਾ ਸਰੀਰ ਦਰਸਿਆ ਗਿਆ ਤੇ ਪਾਤਸ਼ਾਹ ਕਹਿੰਦੇ ਚੰਗਾ ਸੰਗਤ ਜੀ ਹੁਣ ਛੁੱਟੀਆਂ ਹੋਈਆਂ ਕਿੰਨੀ ਛੋਟੀ ਆਰਬਲਾ ਮਾਰੇ 7-8 ਵਰੇ ਮਾਰੇ ਸਾਹਿਬ ਜੀ ਨੇ ਉਸੇ ਵੇਲੇ ਕੀਰਤਨ ਸੁਣ ਕੇ 5 ਪੈਸੇ ਨਾਰੀਅਲ ਤੇ ਵਜਨ ਕੀਤਾ ਬਾਬਾ ਵਸੇ ਗ੍ਰਾਮ ਬਟਾਲੇ ਵਾਹਿਗੁਰੂ ਸਮੇਂ ਸੰਭਾਲੇ ਉਦੋਂ ਫਿਰ ਇਹ ਭਗਤੀ ਸੰਗਤ ਨੇ ਗਾਉਣਾ ਸ਼ੁਰੂ ਕੀਤੀ ਸ੍ਰੀ ਹਰਿ ਕ੍ਰਿਸ਼ਨ ਪਿਆਰੀਐ ਸ੍ਰੀ ਹਰਿ ਕ੍ਰਿਸ਼ਨ ਪਿਆਰੀਐ ਜਿੱਥੇ ਸਾਧੂ ਦੁੱਖ ਜਾਏ
ਹਰ ਕ੍ਰਿਸ਼ਨ ਤਿਆਰੀਐ ਸ੍ਰੀ ਹਰਿ ਕ੍ਰਿਸ਼ਨ ਤਿਆਰੀਐ ਸ੍ਰੀ ਹਰਿ ਕ੍ਰਿਸ਼ਨ ਤਿਆਰੀਐ ਸ੍ਰੀ ਹਰਿ ਕ੍ਰਿਸ਼ਨ ਤਿਆਰੀਐ ਸਭ ਦਾ ਭਲਾ ਕਰੋ ਉਸੇ ਵੇਲੇ ਕਹਿੰਦਾ ਤੁਸੀਂ ਉਹੀ ਬਾਬਾ ਨਾਨਕ ਹੋ ਜਿਨ੍ਹਾਂ ਨੇ ਸਿੱਧਾਂ ਨਾਲ ਚਰਚਾ ਕੀਤੀ ਹੈ ਭਾਈ ਬਾਲਾ ਕਹਿੰਦੇ ਹਾਂ ਬਾਲਕ ਦਾ ਹੀ ਉਹੀ ਬਾਬਾ ਨਾਨਕ ਹੈ ਕਿੰਨੇ ਵੱਡੇ ਪਾਗਲ ਮੇਰੇ ਘਰ ਆਏ ਹਨ ਤੁਮੋ ਤੋ ਮਤਵਾਨਾ ਇੱਕ ਪੁੱਤਰ ਦੇਹੋ ਸੁਜਾਨਾ ਉਸ ਵੇਲੇ ਚਰਨਾਂ ਦੇ ਵਿੱਚ ਸਿਰ ਰੱਖਿਆ ਹੈ ਇਹ ਹੱਥ ਜੋੜ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਤਸੀਤਾ ਤੁਹਾਡੇ ਚਰਨ ਵੀ ਤੁਹਾਡਾ ਸਾਚੀ ਬਾਲਾ ਵੀ ਤੁਹਾਡੀ ਬਾਣੀ ਵੀ ਤੁਹਾਡਾ ਵਿਦਾਨ ਵੀ ਥੋੜ੍ਹੇ ਜਿਹੇ ਅਸੀਂ ਵੀ ਘਰ ਜਾਵਾਂਗੇ ਤੇਰੇ ਚਰਨਾਂ 'ਚ ਥਾਂ ਕਹਿ ਕੇ ਬੜੀ ਕਿਰਪਾ ਨੇ ਆਪਾਂ ਵੀ ਧਰਨਾ ਸਮਾਂ ਕੱਢ ਦਿਓ ਤੁਸੀਂ ਰੋਜ਼ ਰੋਜ਼ ਜਾ ਕੇ ਮਹਾਰਾਜ ਦੇ ਚਰਨਾਂ 'ਚ ਆਪਾਂ ਸਾਰੇ ਧਰਨਾ ਕਿਉਂਕਿ ਆਪਾਂ ਨੂੰ ਮਹਾਰਾਜ ਦੇ ਚਰਨਾਂ 'ਚ ਆਉਣ ਮਿਲਦੀ ਜੇ ਇਹ ਸਭ ਤੋਂ ਮਹਿੰਗੀ ਥਾਂ ਜਿੱਥੇ ਆਪਾਂ ਰਹਿੰਦੇ ਸਿਫਤ ਕਰ ਹੋਰ ਕੁਛ ਨਹੀਂ ਹੈਗਾ ਸਿਫਤ ਐਵੇਂ ਟੈਂਸ਼ਨ ਹੈ ਐਵੇਂ ਚਿੰਤਾ ਵਧਾਈ ਹੈ ਰੌਲਾ ਪਾਈ ਜਾਂਦੇ ਆ ਵੀ ਮੇਰਾ ਉਹ ਵੀ ਮੇਰਾ ਵੀ ਜਿਹਨਾਂ ਮਾੜੀ ਜੀ ਚ ਧੜਕਣ ਰੋਕੀ ਸਾਰਾ ਕੁਛ ਛੱਡ ਕੇ ਮੁੜ ਕੇ ਕੋਠੀ ਵੀ ਇੱਥੇ ਗਈ ਹੈ ਬੱਚੇ ਵੀ ਪੈਲੀ ਕਰਨਾ ਜੋ ਵੀ ਸਭ ਇੱਥੇ ਮੁੜ ਕੇ ਕਹਿੰਦੇ ਵੇਖਣਾ ਇਹਨੂੰ ਮਾੜੇ ਗੁਰਸ ਲਿਆਉਂਦੇ ਵੀ ਟੈਂਸ਼ਨ ਨਾਨਕ ਚਿੰਤਾ ਮਤ ਕਰੋ ਮਾਰੇ ਕਿਤੇ ਐਵੇਂ ਨਾ ਚਿੰਤਾ ਕਰਿਆ ਕਰੇ ਦੁਖੀ ਸੁਖੀ ਸਾਰੇ ਕਹਿ ਦੇਖ ਭਾਈ ਆਹ ਭਗਤੀ ਬੜੀ ਮਿਲਦੀ ਅੱਜ ਗੁਰਖ ਸਚਾਈ ਨੇ ਮਿਲੀ ਉਹ ਭੰਡੂਏ ਹੋ ਬੰਦਾ ਇਸ ਕਰਕੇ ਵੀ ਦੁਖੀ ਵੀ ਮੇਰੇ ਕੋਲ ਕਰਦੀ ਹੈ ਦੁਖੀ ਹੈ ਵੀ ਗੁਆਂਢੀ ਨੇ ਕੋਠੀ ਮੈਂ ਇਸ ਕਰਕੇ ਵੱਡੀ ਨਹੀਂ ਬਿਲਕੁਲ ਗੱਡੀ ਨਹੀਂ ਮੈਂ ਦੁਖੀਆਂ ਕਾਫਤਾਂ ਲੈ ਲਈ ਮੈਂ ਇਸ ਕਰਕੇ ਵੱਡੀ ਨਹੀਂ ਮੇਰੇ ਬੱਚੇ ਦਿੱਤੇ ਆ ਮੈਂ ਦੁਖੀ ਹਾਂ ਮੇਰੇ ਭਰਾ ਦੇ ਬੱਚੇ ਕਨੇਡਾ ਪੀ ਆਰ ਹੋ ਗਏ ਮੇਰੇ ਕੋਲੋਂ ਵੱਡੇ ਸਚਾਈ ਬੋਲ ਰਿਹਾ ਮੈਂ ਇਸ ਕਰਕੇ ਵੀ ਦੁਖੀ ਵੀ ਮੇਰੀ ਜਾਤੀ ਨੇ ਪੈਲੀ ਨਹੀਂ ਮੈਂ ਇਸ ਕਰਕੇ ਵੱਡੀ ਵੀ ਗੁਆਂਢੀ ਵੀ ਗਿਆ ਇਹ ਭਗਤੀ ਦੇ ਅੱਗੇ ਆ ਕਿ ਦੇਵ ਪਰਾਈ ਉਖੜੀ ਆਹ ਪਰਾਈ ਚੁਖੜੀ ਚਾਰ ਦਿਨ ਦਿਹਾੜੀ ਕਰੋ ਤੇ 1200 ਵਰਗਾ ਇਸ ਪਿੰਡਾਂ
ਉਹ ਵੀ ਲਿਖ ਕੇ ਡੈਰੀ ਕਿਹਨੇ ਭਰ ਦਿੰਦੇ ਆਹ ਲੈ ਕੇ ਉਹ ਕਰ ਦਿਓ ਹੁਣ ਵੇਖੋ ਵੇਖੀ ਕਿਵੇਂ ਸਰਗਾ ਟੈਨਸ਼ਨਾਂ ਵੱਧ ਗਈਆਂ ਕਿ ਬਾਬੇ ਫਰੀਦ ਨੇ ਤਾਂ ਇਹ ਚੀਜ਼ ਪਹਿਲਾਂ ਹੀ ਲਿਖੀ ਸੀ ਰੁਖੀ ਸੀ ਆਏ ਗਏ ਉਪਰਾਈ ਚੁੱਪੜੀ ਨਾ ਦਰਸਾਏ ਇਹ ਪੰਕਤੀ ਪੜ੍ਹ ਲਿਆ ਕਰੋ ਇਤਿਹਾਸ ਲਾ ਲਿਆ ਲਿਆ ਕਰੋ ਅਗਰ ਰਾਤ ਲੱਗ ਜੂਗੀ ਨਹੀਂ ਕਿ ਔਖਾ ਜੀ ਹਾਂਜੀ ਬਾਣੀ ਬਹੁਤ ਪਿਆਰ ਕਰਦੀ ਕਥਾ ਕਰਦੇ ਆ ਤੇ ਭੁੱਲਾ ਉਹ ਮਾਫ਼ ਕਰਿਓ ਗੁਰੂ ਜੀ ਗੁਰੂ ਦਾ ਗੁਰੂ ਦਾ ਇਤਿਹਾਸ ਸੁਣਾਉਂਦੇ ਆ ਬੱਚੇ ਆ ਭੁੱਲਾ ਹੋ ਗਿਆ ਮਾਫ਼ ਕਰ ਆਓ ਥੋੜ੍ਹਾ ਜਿਹਾ ਲਾ ਲਈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਬ ਰਚਨਾ ਤੇਰੀ ਸਾਬ ਰਚਨਾ